मैं जी थोड़ा ना गल करनी सी। पैसे नहीं मंगने। ओ तुसी मेरी गल ता सुन लो। की गल सुना मैं तेरी? मुंडे नु पैसे दे के हटदा आके मां कोल खड़ जांदी आ, मां नु पैसे फड़ाउणा मुड़ के मुंडा आके कोल खड़ जांदा। ओ जी की करने आ आपा इन्ने पैसे, नाले कोई जमदा कमाउण जोगा थोड़ी हुंदा। अज कल दे जमाने च नौकरियां मिलनियां किते सौखियां ने। तू कहना की चाहुनी आ? ओ जी अपना निक्का फौज दी भर्ती च थोड़ा निक्का रह गया। मेरी तौड़ दी जुत्ती किथे? ओ तुसी कुछ कहो ना जी ओनू, वो तो बेचारा पहले ही मायूस होया बैठा। ਇਹ ਕਿੱਦਾਂ ਦੀ ਮਜੂਸੀ ਆ ਬਈ ਜਿਹਦੇ ਚ ਬੰਦੇ ਨੂੰ ਹਿੜ ਹਿੜ ਕਰਨਾ ਪੈਂਦਾ। ਨਕਲੀ ਹਾਸਾ ਤੁਹਾਨੂੰ ਦੇਖ ਕੇ ਡਰਾਮਾ ਕਰਦਾ ਨਕਲੀ ਹੱਸਣ ਦਾ ਤਾਂ ਕਿ ਤੁਹਾਨੂੰ ਟੈਨਸ਼ਨ ਨਾ ਹੋ ਜੇ। ਮੈਨੂੰ ਟੈਨਸ਼ਨ ਇਹਦੀ ਨਹੀਂ, ਟੈਨਸ਼ਨ ਇਸ ਗੱਲ ਦੀ ਆ ਕਿ ਜੇ ਕਿਸੇ ਨੂੰ ਪਤਾ ਲੱਗ ਗਿਆ ਨਾ ਕਿ ਬੂਟੇ ਦਾ ਲਾਇਆ ਬੂਟਾ ਕੱਦ ਕਰਨੀਓ ਰਹਿ ਗਿਆ, ਕਿਸੇ ਨੇ ਮੇਰੇ ਦਵਾਖਾਨੇ ਤੋਂ ਦਵਾਈ ਲੈਣੀ ਹੋਣਾ। ਉਹ ਡੈਡੀ ਆਪਾਂ ਕਿਸੇ ਨੂੰ ਕੱਦ ਵਾਲੀ ਗੱਲ ਦੱਸਣੀ ਕਿਉਂ? ਹਾਂ ਆਪਾਂ ਕਹਿ ਦਾਂਗੇ ਕਿ ਮੈਡੀਕਲੀ ਅਨਫਿਟ ਸੀ। ਇਹਦੇ ਚ ਬੜੀ ਇੱਜ਼ਤ ਆ। ਪਜੀਤ ਕੋਲ ਸਮਝਾ ਲਾ ਆਪਣੇ ਲਾਲੇ ਨੂੰ ਕਿ ਬੰਦੇ ਦਾ ਪੁੱਤ ਬਣ ਕੇ ਕਿਸੇ ਕੰਮ ਧੰਦੇ ਲੱਗ ਜਾਵੇ, ਨਹੀਂ ਬੂਟੇ ਨੇ ਆਪਣੇ ਨਾਲ ਬੂਟੀ ਕੁੱਟਣ ਲਾ ਲੈਣਾ। ਤੂੰ ਗੁੱਸਾ ਨਾ ਕਰ ਪੁੱਤ, ਤੇਰੇ ਪਿਓ ਦਾ ਪਾਰਾ ਤਾਂ ਬੂਟੀਆਂ ਦੇ ਮੁਸ਼ਕ ਨਾਲ ਹੀ ਚੜਿਆ ਰਹਿੰਦਾ। ਫਿਰ ਬੂਟੀ ਬਦਲ ਲਓ ਨਾ, ਹੁਣ ਪਿਓ ਦਾ ਬਦਲਣ ਤੋਂ ਰਹੇ। ਕੁੱਤਾ ਜਿਹਾ।